ਅਦੀ ਤਨੇ ਗ੍ਰਾਮੀ ਕਦਰ ਹਜ਼ੂਰ ਨਾਲ ਪਿਆਰ ਕਰਨਾ ਤੇ ਅੰਨੇ ਵਾਹੀ ਕਰਨਾ ਦੁਨੀਆ ਤੇ ਵੀ ਨਬੀ ਪਾਕ ਦੀ ਮੁਹੱਬਤ ਕੰਮ ਆਉਣੀ ਹੈ ਕਬਰ ਵਿੱਚ ਵੀ ਨਬੀ ਪਾਕ ਦੀ ਮੁਹੱਬਤ ਕੰਮ ਆਉਣੀ ਹੈ ਤੇ ਹਸ਼ਰ ਵਿੱਚ ਵੀ ਨਬੀ ਪਾਕ ਦੀ ਮੁਹੱਬਤ ਹੀ ਕੰਮ ਆਉਣੀ ਯਾਰ ਦੀ ਯਾਰੀ ਦਾ ਪਤਾ ਤੇ ਕਬਰਸਤਾਨ ਜਾਏ ਲੱਗ ਜਾਂਦਾ ਆਚਾਰ ਸੰਗੀ ਬੈਠੇ ਉਹਨਾਂ ਤੇ ਵਾਅਦਾ ਕੀ ਕਰੀ ਤੇ ਇਕੱਠੇ ਜੀਵਾਂਗੇ ਇਕੱਠੇ ਮਰਾਂਗੇ ਤੇਰਾ ਮੇਰਾ ਜੀਣਾ ਮਰਨਾ ਕਠਾ ਪਰ ਉਹਦੇ ਕੱਠ ਦਾ ਪਤਾ ਉਦੋਂ ਲੱਗਦਾ ਜਦੋਂ ਰੂਹ ਨਿਕਲ ਜਾਂਦੀ ਹੈ ਕਦੇ ਕੋਈ ਯਾਰ ਮਰ ਕੇ ਨਾਲ ਗਿਆ ਕਦੇ ਕੋਈ ਕਿਸੇ ਦੀ ਮੌਤੇ ਮਰਿਆ ਹੋਵੇ ਉਹ ਜਿਹਨੇ ਵਾਅਦਾ ਕੀਤਾ ਸੀ ਨਾ ਇਕੱਠੇ ਜੀਵਾਂਗੇ ਇਕੱਠੇ ਮਰਾਂਗੇ ਨਾਲ ਉਹ ਵੀ ਨਹੀਂ ਗਿਆ ਇੰਨਾ ਕੁਸਾਨ ਜ਼ਰੂਰ ਕੀਤਾ ਸੀ ਜਿੱਥੇ ਲੋਕਾਂ ਚਾਰ ਚਾਰ ਬੁੱਕ ਪਾਏ ਨੇ ਮੱਟੀ ਦੇ ਉਹ ਛੇ ਪਾਏ ਪਰ ਨਾਲ ਕੋਈ ਵੀ ਨਹੀਂ ਗਿਆ ਤੇ ਜੇ ਹਜ਼ੂਰ ਨਾਲ ਪਿਆਰ ਕੀਤਾ ਹੋਵੇਗਾ ਨਾ ਜਿੱਥੇ ਮਾਂ ਨਹੀਂ ਆਈ ਜਿੱਥੇ ਭੈਣਾਂ ਭਰਾ ਨਹੀਂ ਆਏ ਜਿੱਥੇ ਯਾਰ ਬੇਲੀ ਨਹੀਂ ਆਏ ਜਦੋਂ ਕਬਰ 'ਚ ਸਾਰੇ ਇਕੱਲਿਆਂ ਛੱਡ ਕੇ ਆਉਣਗੇ ਨਾ ਫਿਰ ਉੱਥੇ ਆਮ ਇਹਨਾਂ ਦਾ ਲਾਲ ਆਏਗਾ ਜਿੱਥੇ ਸਾਰੇ ਰਿਸ਼ਤੇ ਮੁੱਕ ਗਏ ਸਾਰੇ ਨਾਤੇ ਟੁੱਟ ਗਏ ਜਿੱਥੇ ਕੋਈ ਨਹੀਂ ਆਇਆ ਉੱਥੇ ਆਮ ਇਹਨਾਂ ਦਾ ਲਾਲ ਆਇਆ ਇਸੇ ਵਾਸਤੇ ਮੌਲਵੀ ਆਕਰ ਤੇ ਕਹਿੰਦਾ ਆਉਂਦੇ ਜਦੋਂ ਕੱਲਿਆ ਦਿਲ ਕਬਰਾਵੇਗਾ ਉੱਥੇ ਕਮਲੀ ਵਾਲਾ ਇੰਜ ਨਹੀਂ ਯਾਰ ਸਾਰਿਆਂ ਹੱਥ ਬੁਲੰਦ ਕਰਕੇ ਕਹਿਣਾ ਹੈ ਜਿੱਥੇ ਮਾਂ ਨਹੀਂ ਆਈ ਜਿੱਥੇ ਪਾਪਾ ਨਹੀਂ ਆਇਆ ਜਦੋਂ ਤੈਨੂੰ ਯਾਰ ਬੇਲੀਆਂ ਤੇਰੀ ਕਬਰ 'ਚ ਕੱਲਾ ਛੱਡ ਕੇ ਆਵਾਂਗੇ ਮਾਂ ਰੋਂਦੀ ਰਹਿ ਗਈ ਮਰ ਕੇ ਕਬਰ 'ਚ ਨਾਲ ਨਹੀਂ ਆਈ ਭੈਣਾਂ ਰੋਂਦੀਆਂ ਰਹਿ ਗਈਆਂ ਕਬਰ 'ਚ ਨਾਲ ਨਹੀਂ ਆਈਆਂ ਭਰਾ ਰੋਂਦੇ ਰਹਿ ਗਏ ਕਬਰ 'ਚ ਨਾਲ ਨਹੀਂ ਹੈ ਯਾਰ ਬੇਲੀ ਵੀ ਕੱਲਾ ਛੱਡ ਕੇ ਆਵਾਂਗੇ ਜਦੋਂ ਅੰਧੇਰੀ ਕਬਰ ਆਵੇਗੀ ਜਿੱਤੇ ਕੋਈ ਨਹੀਂ ਆਇਆ ਉੱਥੇ ਕਮਲੀ ਵਾਲਾ ਆਵੇਗਾ ਉੱਥੇ ਕਮਲੀ ਵਾਲਾ ਆਵੇਗਾ ਆ ਕਮਲੀ ਹੇਠ ਛੁਪਾਵੇਗਾ ਪੜੀਏ ਲਾ ਯਾਰ ਸਾਰਿਆਂ ਖੁੱਲਾ ਇਲਾਹਾ ਲੱਲਾ ਉਹ ਬਿਨਾਂ ਬਾਪ ਨਾ ਮਿਲਦੀਆਂ ਰਾਵਾਂ ਨੇ ਤੇ ਹੁੰਦੇ ਵੀਰ ਵੀਰਾਂ ਦੀਆਂ ਪਾਵਾਂ ਨੇ ਕੌਣ ਦੇ ਬਾਲੀ ਦੇ ਗਲਾਮੋ ਤੁਸਾਂ ਵੇਖਿਆ ਹੋਣੇ ਅੱਜ ਜਿਹਦਾ ਬਾਪ ਮਰ ਜਾਏ ਜਿਹਦਾ ਵੀਰ ਮਰ ਜਾਏ ਉਹਨੂੰ ਸ਼ਰੀਕ ਵੀ ਮੈਨੇ ਮਾਰ ਦੇ ਇਹਨੇ ਸਾਡਾ ਕੀ ਵਿਗਾੜ ਲੈਣਾ ਇਹਦਾ ਤੇ ਆਪਈ ਕੋਈ ਨਹੀਂ ਇਹਨੇ ਸਾਡਾ ਕੀ ਵਿਗਾੜ ਲੈਣਾ ਇਹਦਾ ਵੀਰ ਕੋਈ ਨਹੀਂ ਪਤਾ ਲੱਗਿਆ ਜਿਹਦਾ ਬਾਪ ਮਰ ਜਾਏ ਕੰਡ ਨੰਗੀ ਹੋ ਜਾਂਦੀ ਹੈ ਜਿਹਦਾ ਵੀਰ ਮਰ ਜੇ ਪਾਵਾਂ ਦਾ ਸੋਰ ਮੁੱਕ ਜਾਂਦਾ ਈ ਪਾਪ ਦੇ ਨਾਲ ਬੜਾ ਭਰਮ ਰਹਿ ਜਾਂਦਾ ਵੀਰਾਂ ਦੇ ਨਾਲ ਮਾਨ ਆਉਂਦਾ ਈ ਬਿਨਾਂ ਪਾਪ ਨਾ ਮਿਲਦੀਆਂ ਰਾਵਾਂ ਨੇ ਤੇ ਹੁੰਦੇ ਵੀਰ ਵੀਰਾਂ ਦੀਆਂ ਪਾਵਾਂ ਨੇ ਉਹ ਪਰ ਪਾਵਾਂ ਆਖਰ ਪਾਵਾਂ ਨੇ ਪੜੀਏ ਲਾ ਬਿਨਾਂ ਮਾਂ ਦੇ ਸਹਾਰੇ ਔਖੇ ਨੇ ਤੇ ਬਿਨਾਂ ਬਾਪ ਕਿਨਾਰੇ ਔਖੇ ਨੇ ਕੌਣ ਹੈ ਤੇ ਬਾਲੀ ਦੇ ਗੱਲਾਂ ਮਾਂ ਬੱਚਾ ਨਹੀਂ ਕਰ ਰਿਹਾ ਹੋਵੇ ਮਾਂ ਮਰ ਰੇ ਉਸ ਵੇਲੇ ਚਾਚੀਆਂ ਮੁੱਖ ਮੋੜ ਲੈਂਦੀਆਂ ਉਸ ਵੇਲੇ ਤਾਈਆਂ ਮੁੱਖ ਮੋੜ ਲੈਂਦੀਆਂ ਉਸ ਵੇਲੇ ਫੁੱਫੀਆਂ ਮੁੱਖ ਮੋੜ ਲੈਂਦੀਆਂ ਉਸ ਵੇਲੇ ਕੋਈ ਵੀ ਸੀਨੇ ਨਾਲ ਨੂੰ ਤਿਆਰ ਨਹੀਂ ਆਉਂਦਾ ਇੰਜ ਕੌਣ ਪਿਆਰ ਕਰਦੀ ਜਿਵੇਂ ਜੰਮਣ ਵਾਲੀ ਮਾਂ ਕਰਦੀ ਅੱਜ ਵੀ ਅੱਧੀ ਰਾਤ ਦਾ ਵੇਲਾ ਹੋਵੇ ਪੁੱਤਰ ਘਰ ਨਾ ਆਵੇ ਸਾਰੇ
ਵੇਲੇ ਸੌ ਜਾਂਦੇ ਨੇ ਮਾਂ ਜਾਗਦੀ ਆਉਂਦੀ ਏ ਮਾਂ ਦੁਆਵਾਂ ਕਰਦੀ ਏ ਰੱਬਾ ਖੈਰ ਹੋਵੇ ਮੇਰਾ ਲਾਲ ਨਹੀਂ ਆਇਆ ਯਾ ਅੱਲਾ ਖੈਰ ਹੋਵੇ ਮੇਰਾ ਪੁੱਤਰ ਨਹੀਂ ਆਇਆ ਅੱਧੀ ਰਾਤ ਵੇਲੇ ਆ ਕੇ ਪੁੱਤਰ ਦਰਵਾਜ਼ਾ ਖੜਕਾਵੇ ਬਾਦ ਸੁੱਤੀ ਆਉਂਦੀ ਏ ਬੀਵੀ ਸੁੱਤੀ ਆਉਂਦੀ ਏ ਜਦੋਂ ਅੱਧੀ ਰਾਤ ਨੇ ਆ ਕੇ ਪੁੱਤਰ ਦਰਵਾਜ਼ਾ ਖੜਕਾਉਂਦੇ ਇੱਕ ਮਾਂ ਦੀ ਆਵਾਜ਼ ਆਉਂਦੀ ਏ ਪੁੱਤਰ ਠਹਿਰ ਜਾ ਮੈਂ ਦਰਵਾਜ਼ਾ ਖੋਲਣੀ ਆ ਤੇ ਜਦੋਂ ਮਾਂ ਮਰ ਗਏ ਅੱਧੀ ਰਾਤ ਨੂੰ ਉਡੀਕਾਂ ਕਰਨ ਵਾਲਾ ਕੋਈ ਨਹੀਂ ਆਉਂਦਾ ਇਸੇ ਵਾਸਤੇ ਮੌਲਵੀ ਅੱਗ ਤੇ ਕਹਿੰਦੇ ਬਿਨਾਂ ਮਾਂ ਦੇ ਸਹਾਰੇ ਔਖੇ ਨੇ ਤੇ ਬਿਨਾਂ ਬਾਪ ਕਿਨਾਰੇ ਔਖੇ ਨੇ ਇਹ ਨਾ ਬਾਜ ਗੁਜ਼ਾਰੇ ਔਖੇ ਨੇ ਪੜੀਏ ਲਾ ਯਾਰ ਸਾਰਿਆਂ ਖੋਲਾ ਹਰ ਬੰਦੇ ਨੇ ਮਰ ਜਾਣਾ ਮੌਲਵੀ ਅੱਗ ਵੀ ਮਰ ਜਾਏਗਾ ਪਰ ਮੈਂ ਤੇ ਰੱਬ ਦੀ ਬਾਰਗਾਹ ਚ ਦੁਆ ਮੰਗੀਏ ਮੌਲਾ ਮੈਂ ਤੇਰੇ ਨਬੀ ਦਾ ਨਿੱਕਾ ਜਿਹਾ ਨਾਤ ਖਾਨ ਬਸ ਮੇਰੇ ਦਿਲ ਦੀ ਤਮੰਨਾ ਦੀ ਆਰਜ਼ੂ ਏ ਜਦੋਂ ਮਰਾਂ ਮੈਂ ਜੁਮੇ ਵਾਲਾ ਰੋਜ਼ ਹੋਵੇ ਜਦੋਂ ਮਰਾਂ ਮੈਂ ਜੁਮੇ ਵਾਲਾ ਰੋਜ਼ ਹੋਵੇ ਤੇਰੀ ਮਈਅਤ ਤੇ ਕੱਲ ਮੇਰਾ ਜ਼ੋਰ ਹੋਵੇ ਮੇਰੀ ਮਈਅਤ ਤੇ ਕੱਲ ਮੇਰਾ ਜ਼ੋਰ ਹੋਵੇ ਅੱਖ ਖੁੱਲੇ ਤੇ ਨਬੀ ਮੇਰੇ ਕੋਲ ਹੋਵੇ ਪੜੀਏ ਲਾ ਕਬਰ ਚ ਜਾਣਾ ਆਮੀਨਾ ਦਾ ਲਾ ਲਏਗਾ ਪੀਰ ਨਸੀਰੁਦੀਨ ਫਰਮਾਉਂਦੇ ਨੇ ਇੱਕ ਸ਼ਕਲ ਦਿਖਾਈ ਜਾਏਗੀ ਪੁੱਛਿਆ ਜਾਏਗਾ ਮਾਂ ਕੁੰਤਾ ਤਕੂਲੂ ਵੀ ਹੰਕੇ ਹਾਦਰ ਰਜਲ ਦਸ ਨਬੀ ਦੇ ਬਾਰੇ ਦੁਨੀਆਂ ਤੇ ਕੀ ਕਹਿੰਦਾ ਰਿਹਾ ਇੱਕ ਸ਼ਕਲ ਦਿਖਾਈ ਜਾਏਗੀ ਉਹ ਤਸਦੀਕ ਕਰਾਈ ਜਾਏਗੀ ਉਹ ਤਕਦੀਰ ਬਣਾਈ ਜਾਏਗੀ ਪੜੀਏ ਲਾ ਜਿੱਥੇ ਹੁੰਦਾ ਗਰੀਬਾਂ ਦਾ ਗੁਜ਼ਾਰਾ ਯਾ ਰਸੂਲ ਅੱਲਾ ਕਿਸੇ ਨੂੰ ਮਾਲ ਦੌਲਤ ਤੇ ਕਿਸੇ ਨੂੰ ਹੈ ਇਬਾਦਤ ਤੇ ਸੁਨੀਆਂ ਨੂੰ ਸਿਰਫ ਤੇਰਾ ਸਹਾਰਾ ਯਾ ਰਸੂਲ ਅੱਲਾ।